ਸਾਡੇ ਮੀਟਰ ਨਹੀਂ ਲੱਗ ਰਿਹਾ, ਇੰਨੇ ਮੱਛਰ ਆ, ਗਰਮੀ ਹੈ, ਬੱਚੇ ਨਹੀਂ ਰੋਂਦੇ ਹੈਗੇ, ਸਾਡੇ ਮੀਟਰ ਲੱਗਣਾ ਚਾਹੀਦਾ ਹੈ। ਤਿੰਨ ਵਾਰੀ ਸਿਕਿਉਰਿਟੀ ਭਰਤੀ, ਤੀਜੀ ਵਾਰ ਸਿਕਿਉਰਿਟੀ ਭਰ ਚੁੱਕੇ ਅਸੀਂ, ਟੋਟਲ 400 ਘਰ ਆ ਸਾਡੇ ਨਹਿਰ 'ਤੇ, ਵੀ ਸਭ ਦੇ ਮੀਟਰ ਲੱਗਿਆ, ਸਾਡੇ 3 ਘਰਾਂ ਖਾਤਰ, 4 ਘਰਾਂ ਖਾਤਰ ਕਿਉਂ ਐਂ ਕਰੀ ਜਾਂਦੇ ਹੈ? ਨੰਬਰ ਵੀ ਲੱਗੇ ਇਹਨਾਂ ਦੇ ਤੇ ਮੀਟਰ ਵੀ ਲੱਗੇ ਸਾਰਿਆਂ ਦੇ, ਕਈ ਵਾਰ ਇਹਨੇ 7 ਤੋਂ ਭਰਿਆ, ਉਦੋਂ ਬਾਅਦ ਵੀ 4-5 ਮੀਟਰ ਲੱਗ ਗਏ, ਸਾਰਿਆਂ ਦੇ ਕਾਨੂੰਨ ਲਾਗੂ ਹੋ ਜੇ। 400 ਘਰ ਦਾ ਮੀਟਰ ਆ, 400 ਮੀਟਰ ਲੱਗਿਆ, ਜਾਂ ਫਿਰ ਸਾਰਿਆਂ ਦੇ ਲਾ ਲੈਣ, ਜਾਂ ਫਿਰ ਇਹਨਾਂ ਦੀ ਵੀ ਲਾ ਦੇਣੇ, ਕੀ ਗੱਲ ਬਣੀ? SDO ਸਾਹਿਬ ਗੱਲ ਕਰ ਰਹੇ ਹੋ ਜੀ? ਹਾਂਜੀ ਸਰ। ਸਿਕਿਉਰਿਟੀ 1 ਸਾਲ ਪਹਿਲਾਂ ਭਰੀ ਹੈ, ਲਗਭਗ 26/7/23 ਨੂੰ। 26/7/23 ਨੂੰ? ਹਾਂ, ਇਸ ਤੋਂ ਪਹਿਲਾਂ ਵੀ 2 ਵਾਰੀ ਭਰੀਆਂ, ਪਰ ਇਹਨਾਂ ਦੇ ਮੀਟਰ ਨਹੀਂ ਲੱਗਿਆ ਜਨਾਬ। ਮੈਨੂੰ ਰਸੀਦ ਭੇਜੋ ਜੀ, ਹੁਣੀ ਆਪਾਂ ਪੜਤਾਲ ਕਰ ਲੈਣੇ ਆ। ਸਾਡੇ ਪੱਖੇ ਚੱਲਦੇ ਆ ਜੀ, ਪੱਖੇ ਚੱਲਾ, ਫਰਿੱਜ ਵੀ ਹੈ ਨੀ ਸਾਡੇ ਤਾਂ ਜੀ, ਹਾਂ ਕੋਈ ਫਰਿੱਜ ਨੀ, ਕੁਛ ਨੀ ਜੀ, ਹਾਂ 4000 ਬਿੱਲ ਠੋਕਿਆ ਜੀ ਲਿਆ ਕੇ, ਹੁਣ ਦੱਸੋ ਗਰੀਬ ਬੰਦਾ ਕੀ ਕਰੂਗਾ ਦੱਸੋ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਮੈਂ ਸੁਰਿੰਦਰਪਾਲ ਸਿੰਘ ਅਤੇ ਤੁਸੀਂ ਦੇਖ ਰਹੇ ਹੋ RMB ਟੈਲੀਵਿਜ਼ਨ। ਅਸੀਂ ਪਹੁੰਚੇ ਹਾਂ ਬੀੜ ਤਲਾਬ ਪਿੰਡ। ਮਸਲਾ ਇਹ ਹੈ ਵੀ ਜੋ ਪਰਿਵਾਰ ਤੁਹਾਨੂੰ ਸਾਹਮਣੇ ਦਿਖਾਈ ਦੇ ਰਿਹਾ, ਇਹਨਾਂ ਨੇ ਸਿਕਿਉਰਿਟੀ ਭਰਤੀ, ਮੀਟਰ ਨਹੀਂ ਲੱਗਿਆ, ਅਤੇ ਬਿਜਲੀ ਮਹਿਕਮੇ ਦਾ ਕੀ ਕਹਿਣਾ, ਉਹਨਾਂ ਦਾ ਵੀ ਪੱਖ ਤੁਹਾਨੂੰ ਸੁਣਾਵਾਂਗੇ। ਪਰ ਪਰਿਵਾਰ ਜਿਹੜਾ ਹੈਗਾ, ਉਹਨਾਂ ਨੂੰ ਕੀ ਸਮੱਸਿਆਵਾਂ, ਛੋਟੇ ਛੋਟੇ ਜਵਾਕ ਹੈਗੇ ਆ, ਗਰਮੀ ਅੱਤ ਦੀ ਪੈ ਰਹੀ ਹੈ, ਤਾਂ ਮੀਟਰ ਕਿਉਂ ਨਹੀਂ ਲੱਗ ਰਿਹਾ, ਜਾਂ ਕੀ ਸਮੱਸਿਆ ਹੈਗੀ, ਸਾਰੀ ਗੱਲਬਾਤ ਅਸੀਂ ਕਰਾਂਗੇ। ਮਾਤਾ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕੀ ਨਾਂ ਤੁਹਾਡਾ ਜੀ? ਰਾਜ ਕੌਰ ਹੈ ਜੀ ਮੇਰਾ ਨਾਂ। ਅੱਛਾ, ਤੁਹਾਡੇ ਜਿਹੜਾ ਮੀਟਰ, ਤੁਸੀਂ ਸਿਕਿਉਰਿਟੀ ਕਿੰਨਾ ਚਿਰ ਹੋ ਗਿਆ ਭਰੇ ਨੂੰ? ਅਸੀਂ ਜੀ 2 ਵਾਰੀ ਸਿਕਿਉਰਿਟੀ ਭਰ ਚੁੱਕੇ ਹਾਂ, ਅਤੇ ਆਹ ਹੁਣ ਵੀ ਭਰੀ ਹੈ, ਮੁੰਡੇ ਦੇ ਨਾਂ 'ਤੇ ਭਰੀ ਸੀ, ਹੁਣ ਸਾਡੇ ਮੀਟਰ ਨਹੀਂ ਲੱਗ ਰਿਹਾ, ਅਤੇ ਇੰਨੀ ਗਰਮੀ ਹੈਗੀ, ਕਿਉਂ ਬੱਚੇ, ਇੰਨੇ ਮੱਛਰ ਆ, ਗਰਮੀ ਹੈ, ਬੱਚੇ ਨਹੀਂ ਰੋਂਦੇ ਹੈਗੇ, ਸਾਡੇ ਮੀਟਰ ਲੱਗਣਾ ਚਾਹੀਦਾ ਹੈਗਾ। ਸਾਰੇ ਸਾਡੇ ਬਹੁਤ ਘਰ ਹੈ, ਸਾਰਿਆਂ ਦੇ ਮੀਟਰ ਲੱਗੇ ਹੋਏ ਨੇ, ਸਾਡੇ 3-4 ਘਰ ਆ, ਸਾਡੇ ਮੀਟਰ ਨਹੀਂ ਲੱਗਦੇ ਜੀ। ਕਾਰਨ ਕੀ ਹੈ? ਪੈਸੇ ਭਰਤੇ ਤੁਸੀਂ? ਹਾਂਜੀ, ਪੈਸੇ ਭਰੇ ਹੋਏ ਨੇ ਸਾਡੇ। ਅੱਛਾ। ਹਾਂ, ਸਿਕਿਉਰਿਟੀ ਭਰੀ ਹੋਈ ਹੈ। ਕਿੰਨੀ ਭਰ ਕੇ ਸੀਗੇ? ਹੁਣ ਤਾਂ ਜੀ ਵੱਧ ਹੀ ਭਰੀ ਹੈਗੀ, 2500, ਪਤਾ ਨਹੀਂ ਕਿੰਨਾ ਭਰਾਉਂਦੇ, ਪਹਿਲਾਂ ਤਾਂ ਘੱਟ ਭਰਾਉਂਦੇ ਸੀ, ਉਦੋਂ ਪਹਿਲਾਂ ਮੇਰੇ ਨਾਂ 'ਤੇ ਭਰੇ ਸੀ, ਫਿਰ ਮੇਰੀ ਨੂੰਹ ਦੇ ਨਾਂ 'ਤੇ ਭਰਿਆ, ਹੁਣ ਮੁੰਡੇ ਦੇ ਨਾਂ 'ਤੇ ਭਰ ਕੇ ਆਇਆ, ਫਿਰ ਵੀ ਨਹੀਂ ਲੱਗਾ। ਤੀਜੀ 3 ਵਾਰੀ ਤੁਸੀਂ ਸਿਕਿਉਰਿਟੀ ਭਰਤੀ? ਤੀਜੀ ਵਾਰ ਸਿਕਿਉਰਿਟੀ ਭਰ ਚੁੱਕੇ ਅਸੀਂ। ਅੱਛਾ, ਕੋਈ ਬਿਜਲੀ ਆ ਸਭ ਪਤਾ ਲੱਗਾ ਵੀ ਤਾਰ ਲੱਗੀ ਸੀ, ਕੋਈ ਲਾ ਕੇ ਲੈ ਗਏ, ਉਹ ਵੀ ਮਸਲਾ ਹੈਗਾ? ਹਾਂ, ਉਹ ਲੈ ਗਏ ਜੀ, ਕੱਲ੍ਹ ਸਾਡੀ ਤਾਰ ਲਾ ਕੇ, ਕਹਿੰਦੇ ਵੀ ਤੁਸੀਂ ਲਿਖਾ ਕੇ ਲਿਓ, ਬਿਜਲੀ ਵਾਲਿਆਂ ਤੋਂ ਫਿਰ ਲਾਉਣ ਦੇਵਾਂਗੇ, ਨਹੀਂ ਤੁਹਾਨੂੰ ਤਾਰ ਨਹੀਂ ਲਾਉਣੀ। ਤੁਸੀਂ ਤਾਰ ਕਿੱਥੋਂ ਲਾਈ ਹੋਈ ਸੀਗੀ? ਅਸੀਂ ਜੀ ਪਿੱਛੋਂ ਲਾਈ ਹੋਈ ਸੀਗੀ। ਨਹੀਂ, ਉਹ ਬਿਜਲੀ ਵਾਲੇ ਨੇ ਕਿਹਾ ਸੀਗਾ ਤੁਹਾਨੂੰ? ਪਹਿਲਾਂ ਕਿਹਾ ਸੀ ਜੀ, ਮੁੜ ਕੇ ਉਹਦੇ ਵੀ ਲਿਖਾ ਕੇ ਲਿਓ, ਕਿਹਾ ਹੁਣ ਬਹੁਤ ਚਿਰ ਹੋ ਗਿਆ। ਕਦੋਂ ਕਿਹਾ ਜੀ? ਸਿਕਿਉਰਿਟੀ ਭਰ ਕੇ? ਹਾਂ, ਜਦੋਂ ਸਿਕਿਉਰਿਟੀ ਭਰ ਕੇ ਆਏ ਸੀ ਜੀ। ਅੱਛਾ, ਆਹ ਪਰਚੀ ਦਿਖਾਓ ਬਾਈ। ਆਹ ਪਰਚੀ ਜਿਹੜੀ ਹੈਗੀ ਹੈ, ਇਹਦੇ 'ਤੇ ਤੁਹਾਨੂੰ ਦਿਖਾ ਰਹੇ ਹਾਂ ਵੀ 26/7/23 ਦੀ ਜਿਹੜੀ ਹੈਗੀ ਹੈ ਰਸੀਦ ਕੱਟੀ ਹੋਈ ਹੈ, ਆਹ ਡੇਟ ਉੱਪਰ ਮੈਂਸ਼ਨ ਹੈ, 26/7/23 ਨੂੰ 2290 ਰੁਪਈਏ ਜਿਹੜਾ ਹੈਗਾ ਸਿਕਿਉਰਿਟੀ ਦਾ ਇਹਨਾਂ ਨੇ ਫੀਸ ਭਰੀ ਹੋਈ ਹੈ। ਅਤੇ ਫਿਰ ਕੀ ਕਾਰਨ ਰਿਹਾ ਜੀ ਇਹਦੇ ਪਿੱਛੇ, ਕੀ ਲੱਗਦਾ ਤੁਹਾਨੂੰ? ਹੁਣ ਕੀ ਪਤਾ ਜੀ, ਕਹਿੰਦੇ ਵੀ ਨਹਿਰੀ ਮਹਿਕਮੇ ਵਾਲੇ ਨਹੀਂ, ਉੱਥੋਂ ਚਿੱਠੀ ਆਈ ਆ ਵੀ ਮੀਟਰ ਲੱਗਣੇ ਨਹੀਂ ਚਾਹੀਦੇ, ਵੀ ਹੁਣ ਸਾਰੇ ਸਾਡੇ ਇੱਥੇ ਟੋਟਲ 400 ਘਰ ਆ ਸਾਡੇ ਨਹਿਰ 'ਤੇ, ਵੀ ਸਭ ਦੇ ਮੀਟਰ ਲੱਗਿਆ, ਸਾਡੇ 3 ਘਰਾਂ ਖਾਤਰ, 4 ਘਰਾਂ ਖਾਤਰ ਕਿਉਂ ਐਂ ਕਰੀ ਜਾਂਦੇ ਆ ਇਹ, ਵੀ ਕਿਉਂ ਨਹੀਂ ਲੱਗਦੇ ਗੇ ਮੀਟਰ? ਹਾਂ, ਸਾਰਿਆਂ ਦੇ, ਜਾਂ ਫਿਰ ਸਾਰਿਆਂ ਦੇ ਵੀ ਸਾਡੀ ਦੇਖਭਾਲ ਕਰਨੀ ਚਾਹੀਦੀ ਹੈ। 1 ਨੰਬਰ ਬਸਤੀ ਹੈ ਜੀ। 1 ਨੰਬਰ? ਹਾਂਜੀ। ਕਿੰਨੇ ਘਰ ਹੈਗੇ ਤੁਹਾਡੇ ਨੇੜੇ ਤੇਰੇ ਆਸੇ ਪਾਸੇ? ਆਸੇ ਪਾਸੇ ਦੇ ਲੋ 300 ਘਰ ਹੈ। 300 ਘਰ ਹੋਊਗਾ। ਕਿਵੇਂ ਬਈ? 300 ਘਰ ਆ ਵੀਰ ਜੀ। 300 ਦੂਜਿਆਂ ਦੇ ਲੱਗਿਆ? ਸਾਰਿਆਂ ਦੇ ਲੱਗਿਆ ਵੀਰ ਜੀ, ਸਾਰਿਆਂ ਦੇ ਲੱਗਿਆ, ਨੰਬਰ ਲੱਗਿਆ, ਮੀਟਰ ਲੱਗਿਆ, ਸਾਰਾ ਕੁਝ ਹੋਇਆ। ਅੱਛਾ, ਨੰਬਰ ਵੀ ਲੱਗੇ ਇਹਨਾਂ ਦੇ ਤੇ ਮੀਟਰ ਵੀ ਲੱਗਿਆ ਸਾਰਿਆਂ ਦੇ। ਕਈ ਵਾਰ ਇਹਨੇ 7 ਤੋਂ ਭਰਿਆ, ਉਦੋਂ ਬਾਅਦ ਵੀ 4-5 ਮੀਟਰ ਲੱਗ ਗਏ।
ਬਿਜਲੀ ਵਾਲੇ ਦੇਣ ਵੀ ਨੀ ਦਿੰਦੇ ਲੇਟ ਜੀ ਇੱਕ ਦੂਜੇ ਦੇ ਘਰੇ, ਕਹਿੰਦੇ ਵੀ ਇੱਕ ਦੂਜੇ ਦੇ ਘਰੇ ਲਾਈਟ ਨੀ ਦੇਣੀ। ਹੁਣ ਸਾਡੇ ਗੁਆਂਢੀ ਹੈ ਜੀ ਇਹ, ਤੇ ਦੱਸੋ ਜੀ ਹੁਣ ਇਹਨੂੰ 10-12 ਸਾਲ ਹੋ ਗਿਆ ਭਟਕਦਿਆਂ ਨੂੰ, ਵਿਚਾਰੇ ਨੂੰ ਕਦੀ ਕਿੱਧਰ ਜਾਂਦੇ ਕਦੀ ਕਿੱਧਰ ਜਾਂਦੇ ਆ। ਛੋਟੇ ਛੋਟੇ ਜੋ ਪਹਿਲਾਂ ਲੱਗਿਆ ਸੀ ਮੀਟਰ, ਪਹਿਲਾਂ ਇਹਨਾਂ ਦੇ ਕੁਛ ਚਿਰ ਪੈਸੇ ਕੁਛ ਪੈ ਗਏ ਇਹਨਾਂ ਨੂੰ, ਤੇ ਉਹ ਪੈਸੇ ਇਹਨਾਂ ਤੋਂ ਵਿਚਾਰਿਆਂ ਤੋਂ ਭਰੇ ਨੀ ਗਏ, ਗਰੀਬ ਸੀ। ਫਿਰ ਉਹ ਚੰਨੀ ਨੇ ਮਾਫ਼ ਕਰਤੇ ਇਹਨਾਂ ਨੂੰ ਪੈਸੇ, ਚੰਨੀ ਦੀ ਸਰਕਾਰ ਆਈ ਹੈ ਜਦੋਂ ਐਂਡ 'ਤੇ ਉਹਨਾਂ ਨੇ ਜਮ੍ਹਾਂ ਰੁਪਈਆ ਮਾਫ਼ ਕਰਤਾ। ਫਿਰ ਇਹਨਾਂ ਨੇ ਬਿਜਲੀ ਵਾਲਿਆਂ ਨੇ ਆਪ ਕਿਹਾ ਇਹਨਾਂ ਨੂੰ ਵੀ ਭਾਈ ਤੁਸੀਂ ਹੁਣ ਸਕਿਉਰਟੀ ਭਰਦੇ, ਤੁਹਾਡੇ ਮੀਟਰ ਲੱਗ ਜੂ। ਇਹ ਫਿਰ ਸਕਿਉਰਟੀ ਭਰੇ ਆਏ, ਸਕਿਉਰਟੀ ਭਰ ਕੇ 3-4 ਮਹੀਨੇ ਟਪਾਤੇ ਉਹਨਾਂ ਨੇ, ਉਦੋਂ ਬਾਅਦ ਫਿਰ ਹੁਣ ਚੋਣ ਜਾਬਤਾ ਲੱਗ ਗਿਆ। ਹੁਣ ਉਹ ਕਹਿੰਦੇ ਚੋਣ ਜਾਬਤੇ ਤੋਂ ਬਾਅਦ ਭਾਈ ਤੁਹਾਡੇ ਮੀਟਰ ਲੱਗੂਗਾ। ਹੁਣ ਕੱਲ੍ਹ ਇਹਨਾਂ ਦੀ ਤਾਰ ਲਾ ਕੇ ਲੈ ਗਏ ਭਾਈ, ਹੁਣ ਗਰਮੀ 'ਚ ਬੈਠੇ ਵਿਚਾਰੇ ਸਾਰੇ। ਅੱਛਾ, ਪਹਿਲਾਂ ਵੀ ਫਿਰ ਭੈਣੇ ਸਕਿਉਰਟੀ ਭਰੀ ਸੀ ਤੁਸੀਂ? ਹੈਂ, ਹਾਂ ਇਹਨਾਂ ਨੇ ਵੀ ਭਰੀ ਸੀ। ਅੱਛਾ, ਕਿੰਨੇ ਵਾਰੀ ਭਰੀ ਹੈ? 3 ਵਾਰੀ ਭਰਤੀ ਵੀਰੇ। ਅੱਛਾ, ਕੀ ਗੱਲਬਾਤ ਹੋਈ ਜਿਵੇਂ ਤਿੰਨ ਹੁਣ ਤੁਸੀਂ ਬਿਜਲੀ ਵਾਲੇ ਆਏ ਸੀਗੇ, ਤੁਸੀਂ ਕੀ ਗੱਲਬਾਤ ਹੋਈ ਤੁਹਾਡੇ ਨਾਲ? ਕਿਹਾ ਵੀ ਸਾਲ ਤੋਂ ਉੱਪਰ ਹੋ ਗਿਆ ਸਾਰੀ ਗੱਲ ਹੋਈ? ਨਹੀਂ, ਹੁਣ ਉਹਨਾਂ ਨੂੰ ਕਿਹਾ ਸੀ, ਮੈਂ ਕਿਹਾ ਵੀ ਅਸੀਂ ਰਸੀਦ ਉਹਦੇ ਲਿਖਾ ਕੇ ਲੈ ਕੇ ਆਓ। ਕਹਿੰਦੇ ਕਿਹਦੇ ਲਿਖਾ ਕੇ ਲੈ ਕੇ ਆਓ? ਬਿਜਲੀ ਵਾਲਿਆਂ ਤੋਂ ਲਿਖਾ ਕੇ ਲੈ ਕੇ ਆਓ, ਅਜੇ ਫੇਰ ਲਾ ਤਾਰ ਲਾ ਲਿਓ ਭਾਵੇਂ ਮੀਟਰ ਲਵਾ ਲਓ। ਕਹਿ ਦਿੰਦੇ ਜੀ ਲਿਖਾ ਕੇ ਲਿਓ, ਪਕਾਈ ਵੀ ਕਰ ਲਈ ਇੱਥੇ ਬੈਠਣ ਦੇ ਅੱਡੇ ਤੇ। ਜਿਹੜੇ ਜੀ ਜੀ ਸਾਹਿਬ ਹੈ ਜਿਹੜਾ ਸਾਨੂੰ ਇੱਥੋਂ ਲੱਗਦਾ ਗ੍ਰੈਡ, ਉਹ ਸਾਰੇ ਇੱਥੇ ਅੱਡੇ ਤੇ ਹੁੰਦੇ ਆ। ਤਾਰ ਲੈ ਗਏ ਸੀ ਕੱਲ ਹੀ ਪੱਟ ਕੇ, ਕਾਫੀ ਟਾਈਮ ਬਾਅਦ ਲੈ ਗਏ, ਮਹੀਨੇ ਕੁ ਬਾਅਦ ਜਿਵੇਂ ਤਾਰ ਲੈ ਜਾਂਦੇ ਪੱਟ ਕੇ, 15-20 ਦਿਨਾਂ ਬਾਅਦ ਜਦੋਂ ਉਹਨਾਂ ਦਾ ਗੇੜਾ ਲੱਗਦਾ ਜਾਂ ਕਿਸੇ ਦੀ ਲਾਈਟ। ਬਾਰ ਬਾਰ ਸਕਿਉਰਟੀ ਕਿਉਂ ਭਰੀ? 3 ਵਾਰੀ ਕਿਉਂ ਭਰੀ? 3 ਵਾਰੀ ਸਾਨੂੰ ਉਹਦੇ ਨਾਂ ਤੇ ਨਹੀਂ ਲੱਗਦਾ, ਉਹ ਤੇ ਭਰੋ ਉਹਦੇ ਨਾਂ ਤੇ ਨਹੀਂ। ਪਹਿਲਾਂ ਕਹਿੰਦੇ ਮੁੰਡਾ ਵੀ ਅੱਡ ਹੋ ਜੇ ਤੁਹਾਡਾ ਮੁੰਡਾ, ਕੰਧ ਕੱਢ ਲਓ। ਅਸੀਂ ਕੰਧ ਵੀ ਕੱਢ ਲਈ, ਇਹਦੇ ਮੁੰਡੇ ਦੇ ਨਾਂ ਤੇ ਲੱਗ ਜੂਗਾ, ਤਾਂ ਵੀ ਨਹੀਂ ਲੱਗਿਆ। ਦੋ ਮੁੰਡੇ? ਹਾਂਜੀ, ਦੋ ਮੁੰਡੇ, ਇੱਕ ਵਿਆਹ ਹੈ। ਜਿਹੜਾ ਮੁੰਡਾ ਵਿਆਹ ਹੈ ਪਹਿਲਾਂ ਉਹਦੇ ਨਾਂ ਤੇ ਭਰੀ ਸੀ? ਹੁਣ ਭਰੀ ਹੈ ਜੀ ਉਹਦੇ ਨਾਂ ਤੇ। ਪਹਿਲਾਂ ਮੇਰੇ ਨਾਂ ਤੇ ਭਰੀ ਸੀ, ਫਿਰ ਵਹੁ ਦੇ ਨਾਂ ਤੇ ਭਰੀ, ਫਿਰ ਹੁਣ ਕਹਿੰਦੇ ਕਿ ਇਹਦੇ ਆ ਵੀ ਮੁੰਡੇ ਦੇ ਨਾਂ ਤੇ ਭਰ ਦੇ, ਹੁਣ ਮੁੰਡੇ ਦੇ ਨਾਂ ਤੇ ਭਰ ਦੇ। ਜਿਹੜਾ ਇਹ ਸੁਖਵਿੰਦਰ ਸਿੰਘ ਨਾਮ ਹੈਗਾ, ਇਹਦੇ ਸੀ ਤੇ ਸੁਖਵਿੰਦਰ ਸਿੰਘ, ਇਹ ਤੁਹਾਡਾ ਵੱਡਾ ਮੁੰਡਾ? ਹਾਂਜੀ, ਵੱਡਾ ਮੁੰਡਾ। ਇਹਦੇ ਨਾਂ ਤੇ ਭਰੀ ਹੋਈ? ਹਾਂਜੀ, ਇਹਦੇ ਨਾਂ ਤੇ ਭਰੀ ਹੋਈ। ਪਹਿਲਾਂ ਕਹਿੰਦੇ ਕੰਧ ਕੱਢ ਲਓ ਵਿਚਾਰ ਦੀ, ਕੰਧ ਵੀ ਕੱਢ ਲਈ, ਕੱਢ ਨਾਲੇ ਚਲ ਆਇਆ ਨਾ ਬਾਈ। ਹੁਣ ਤਾਂ ਪੈਸੇ ਤਾਂ ਇਹਨਾਂ ਦੇ ਮਾਫ਼ ਹੀ ਹੋ ਗਏ ਨਾ, ਹੁਣ ਇਹਨਾਂ ਦੇ ਸਿਰ ਕੋਈ ਪੈਸਾ ਤਾਂ ਹੀ ਨਹੀਂ। ਬਾਕੀ ਬਿੱਲ ਮਾਫ਼ ਆ, 600 ਜੂੰਟ ਮਾਫ਼ ਆ, ਇਹਨਾਂ ਦਾ 100 ਜੂੰਟ ਮੱਚਦੀ ਹੈ ਸਾਰੀ। ਉਦੋਂ ਪਹਿਲਾਂ ਤਾਂ ਕਾਲੀਆਂ ਨੇ ਦਿੱਤੀ ਸੀ, ਹੁਣ ਚੱਲ 150 ਜੂੰਟ ਵਧਾਈ ਇਹਨਾਂ ਨੇ, ਤੇ ਫਿਰ ਮੀਟਰ ਲੱਗ ਜੇ ਇਹਨਾਂ ਦੇ, ਫਿਰ ਕੀ ਤਰਾਜ ਆ? ਜੇ ਜਗਲਾਤ ਮਹਿਕਮਾ ਉਠਾਊਗਾ ਸਾਰੇ ਉਠਾਣਗੇ, ਜੇ ਉਠਾਊਗਾ ਸਾਰੇ ਪੱਟ ਕੇ ਲੈ ਜਾਣ ਮੀਟਰ। ਫਿਰ 300 ਘਰ ਆ ਬਾਈ ਜੀ, 400 ਮੀਟਰ ਲੱਗਿਆ ਹੋਊ ਇੱਥੇ, ਫਿਰ ਇਹਨਾਂ ਦੇ 2 ਮੀਟਰ ਨਾਲ ਕੀ ਹੋ ਜੂ? ਜਦੋਂ ਕੋਈ ਉਠਾਊਗਾ ਸਾਰੇ ਪੱਟ ਲੈਣ ਮੀਟਰ। ਇੰਨੇ ਉਲਟ ਮਾਫ਼ ਹੈ ਸਰਦਾਰ ਸਾਹਿਬ ਕਹਿ ਰਿਹਾ, ਤੇ ਫਿਰ ਵੀ ਦੇਖੋ ਹੁਣ ਸਾਡਾ 4000 ਬਿੱਲ ਫਿਰ ਠੋਕਤਾ ਜੀ। ਹੁਣ 4000 ਬਿੱਲ ਆਇਆ ਪਿਆ ਜੀ, 4000 ਬਿੱਲ ਆਇਆ ਪਿਆ, ਤੁਹਾਨੂੰ ਬਿੱਲ ਦਿਖਾ ਦਿੰਦਾ ਜੀ ਮੈਂ ਲਿਆ ਕੇ, ਤੇ 4000 ਕਹਿੰਦੇ ਬਿੱਲ ਭਰੋ। ਹੁਣ ਮਾਤਾ ਦੇ ਨਾਂ ਤੇ ਲੱਗਿਆ ਸੀਗਾ, ਬਹੁਤ ਚਿਰ ਤੇ ਲੱਗਿਆ ਮੀਟਰ ਸਾਡਾ ਜੀ ਮਾਤਾ ਦੇ ਨਾਂ ਤੇ। ਬਿਜਲੀ ਨਾਲ ਵੱਧ ਮਚਾਈ ਹੋਵੇ? ਬਿਜਲੀ ਵੱਧ ਤੇ ਹੁਣ ਸਾਡੇ ਪੱਖੇ ਚੱਲਦੇ ਸੀ, ਪੱਖੇ ਚੱਲਾ, ਫਰਿੱਜ ਵੀ ਹੈ ਨਹੀਂ ਸਾਡੇ ਤਾਂ ਜੀ, ਦੇਖ ਲੈ ਘਰੇ ਜਾ ਕੇ ਕੋਈ ਫਰਿੱਜ ਨਹੀਂ। ਹਾਂ, ਕੋਈ ਫਰਿੱਜ ਨਹੀਂ, ਕੁਛ ਨਹੀਂ ਜੀ। ਹਾਂ, 4000 ਬਿੱਲ ਠੋਕਿਆ ਜੀ ਲਿਆ ਕੇ, ਹੁਣ ਦੱਸੋ ਗਰੀਬ ਬੰਦਾ ਕੀ ਕਰੂਗਾ, ਦੱਸੋ ਜੀ। ਹੁਣ ਹੁਣ ਫਿਰ ਕੀ ਮਾਤਾ ਜੀ ਮੰਗ ਤੁਹਾਡੀ? ਸਾਡੀ ਮੰਗ ਇਹੀ ਹੈ ਵੀ ਸਾਡੇ ਮੀਟਰ ਲੱਗਣਾ ਚਾਹੀਦਾ, ਵੀ ਸਾਥੋਂ ਰੋਜ਼ ਰੋਜ਼ ਤਾਰ ਨਹੀਂ ਲੱਗਦੀ। ਬੱਚੇ ਹੁਣ ਹੈਰਾਨ ਕਰ ਦਿੰਦੇ, ਫਿਰ ਸਾਨੂੰ ਤਾਰ ਲਾ ਕੇ ਲੈ ਜਾਂਦੇ, ਫਿਰ ਸਾਡੇ ਹੋਰ ਕੋਈ ਜਵਾਕ ਲੱਗ ਜੇ ਕੋਈ, ਉਹ ਵੀ ਅਸੀਂ ਬਿੱਲ ਭਰਦਿਆ ਕਰਾਂਗੇ ਜਿਹੜਾ ਆਊਗਾ ਸਾਨੂੰ, ਤੇ ਵੀ ਸਾਡੇ ਮੀਟਰ ਲੱਗ ਜੇ।
ਜੇ ਕੋਈ ਚਲੋ ਜਗਲਾਤ ਮੈਂ ਕਿਹਾ ਕੋਈ ਗੱਲ ਆ ਬਾਈ ਆਪਾਂ ਇਹ ਨਹੀਂ ਕਹਿੰਦੇ ਜਦੋਂ ਕੋਈ ਉਠਾਉਣਗੇ ਕੁਛ ਕਰਨਗੇ ਸਾਰਿਆਂ ਨੂੰ ਕਰਨਗੇ ਉਹ ਵਿੱਚ ਇਹਨਾਂ ਦਾ ਹੋ ਜਾਊਗਾ ਲਾਗੂ ਸਾਰਿਆਂ ਦੇ ਕਾਨੂੰਨ ਲਾਗੂ ਹੋ ਜੇ 400 ਘਰ ਦਾ ਮੀਟਰ ਆ 400 ਮੀਟਰ ਲੱਗਿਆ ਜਾਂ ਫਿਰ ਸਾਰਿਆਂ ਦੇ ਲਾ ਲੈਣ ਤੇ ਜਾਂ ਫਿਰ ਇਹਨਾਂ ਦੀ ਬੁਲਾ ਦੇਣੀ ਕੀ ਗੱਲ ਬਣੀ ਬਈ ਕੋਈ ਗੱਲ ਨਹੀਂ ਜੇ ਕੁਛ ਜਗਲਾਤ ਮਹਿਕਮਾ ਛੜਾਊਗਾ ਕੁਛ ਕਰੂਗਾ ਤੇ ਉਦੋਂ ਸਾਰੇ ਸਹਿਮਤ ਹੋ ਜਾਣਗੇ ਫਿਰ ਕਿੱਡੀ ਗੱਲ ਆ ਹੁਣ ਤਾਂ ਨਾ ਗਰਮੀ ਮਾਰੋ ਇਹਨਾਂ ਨੂੰ ਸਹੀ ਹੈ ਹਾਂ ਹੁਣ ਲੈਟ ਜਗਲਾਤ ਮਹਿਕਮੇ ਵਾਲੇ ਤਾਂ ਗੱਲ ਹੀ ਨਹੀਂ ਜੀ ਬਿਜਲੀ ਵਾਲੇ ਦੀ ਗੱਲ ਹੈ ਬਹਾਨਾ ਬਣਾਉਂਦੇ ਜੀ ਉਹ ਕਈ ਕਦੀ ਤਾਪ ਤਾਰ ਲਵਾ ਜਾਂਦੇ ਜੀ ਇਹਨਾਂ ਦੀ ਮੁੜ ਕੇ ਬਾਅਦ ਚ ਆਪ ਹੀ ਪੱਟ ਕੇ ਲੈ ਜਾਂਦੇ ਆ ਸਾਰਿਆਂ ਦੇ ਨੰਬਰ ਲੱਗਿਆ ਤੁਸੀਂ ਜਾ ਕੇ ਚੈੱਕ ਕਰ ਲਓ ਸਾਰਿਆਂ ਦੇ ਨੰਬਰ ਲੱਗਿਆ ਕਰੀ ਐਵੇਂ ਨੰਬਰ ਹੀ ਨਹੀਂ ਲਾ ਸਕਦੇ ਆਪਾਂ ਬਾਈ ਨੰਬਰ ਲੱਗਿਆ ਮੀਟਰ ਲੱਗਿਆ ਸਾਰਿਆਂ ਦੇ ਮੀਟਰ ਲੱਗਿਆ ਉਦੋਂ ਕਹਿ ਦਿੰਦੇ ਅਸੀਂ ਆਹ ਕੰਮ ਕਰਾਂਗੇ ਤੁਹਾਡਾ ਮਗਰੋਂ ਕਰਦਾ ਨਹੀਂ ਕੋਈ ਮੈਂ ਤਾਂ ਆਖਿਆ ਸੀ ਅਸੀਂ ਵੋਟ ਪਾਵਾਂਗੇ ਤਾਂ ਜੇ ਸਾਡੇ ਹੁਣ ਮੀਟਰ ਤਾਂ ਲੱਗੇ ਸਾਡਾ ਮੀਟਰ ਫੇਰ ਹੀ ਪਾਵਾਂਗੇ ਵੋਟ ਨਵੀਂ ਸਰਕਾਰ ਕਹਿੰਦੀ ਆਮ ਲੋਕਾਂ ਨੂੰ ਸਹੂਲਤਾਂ ਦੇਵਾਂਗੇ ਅਸੀਂ ਦੇਈ ਜਾਂਦੇ ਸਹੂਲਤਾਂ ਤਾਂ ਬੈਠੀ ਤਾਂ ਜਾਂਦੇ ਹੈਗੇ ਉਧਰੋਂ ਨਸ਼ੇ ਨੇ ਬੇੜਾ ਵਾ ਤਾਂ ਉਧਰੋਂ ਲੈਟ ਉਹ ਬਿੱਲ ਮੀਟਰ ਵੀ ਨਹੀਂ ਲੱਗਦਾ ਉਧਰੋਂ ਚਿੱਟਾ ਵਿੱਚ ਇੱਥੇ ਬੀੜਤਲਾ ਚਿੱਟਾ ਆਮ ਵਿਕੀ ਜਾਂਦਾ ਹਜੇ ਇਹਦੇ ਬੰਦ ਹੋ ਗਿਆ ਹੁਣ ਵੀ ਵਿਕੀ ਜਾਂਦਾ ਚਿੱਟਾ ਤਾਂ ਹਜੇ ਵੀ ਵਿਕੀ ਜਾਂਦਾ ਹੈਗਾ ਹੈ ਉਧਰੋਂ ਜਵਾਕ ਇਹ ਜੇ ਨੇ ਉਧਰੋਂ ਬਿਜਲੀ ਨਹੀਂ ਸਾਨੂੰ ਹੈਗੀ ਸਾਡੇ ਅਸੀਂ ਕੀ ਕਰੀਏ ਦੱਸ ਕਿੱਧਰ ਜਾਈਏ ਹੁਣ ਹੈ ਉਧਰੋਂ ਹੁਣ ਇਹ ਵੀ ਨਹੀਂ ਕੰਮ ਕਰਦੇ ਵੀ ਅਗਲਾ ਕੋਈ ਬੰਦਾ ਹੋਰ ਕਿਤੇ ਥਾਂ ਲੈ ਕੇ ਬਹਿ ਜੂਗਾ ਇਹ ਚਿੱਟਿਆਂ ਨੇ ਮਾਰਤੇ ਜਮਾ ਹੈ ਆਹੀ ਥਾਂ ਹੈ ਸਾਡੇ ਕੋਲ ਸਰਕਾਰੀ ਥਾਂ ਹਾਂ ਕੀ ਕਰਦੇ ਤੁਹਾਡੇ ਘਰ ਵਾਲੇ ਜਮਾ ਕੁਛ ਨਹੀਂ ਬਈ ਦਿਹਾੜੀ ਡੱਪੇ ਹੀ ਕਰਦੇ ਆ ਅਸੀਂ ਤਾਂ ਉਹ ਵੀ 7 ਵਜੇ ਉਹ ਵੀ ਬੈਠਾ ਉਹ ਵੀ ਕੁਛ ਨਹੀਂ ਕਰਦਾ ਮੈਂ ਤਾਂ ਆਪ ਘਰਾਂ 'ਚ ਕੰਮ ਕਰਦੇ ਆ ਅਸੀਂ ਤਾਂ ਲੋਕਾਂ ਦਾ ਉਹ ਬਾਈ ਦਾ 2 ਲੱਖ ਰੁਪਿਆ 2 ਲੱਖ ਲੱਗਿਆ ਇਹਨਾਂ ਦਾ ਕੁਛ ਨਹੀਂ ਕਰਦਾ ਉਹ ਵੀ ਵਿਹਲਾ ਬੈਠਾ ਪਹਿਲਾਂ ਗੱਡੀ ਤੇ ਲੱਗਿਆ ਸੀਗਾ ਤਾਂ ਆਪ ਘਰਾਂ 'ਚ ਕੰਮ ਕਰਦੇ ਆ ਲੋਕਾਂ ਦੇ ਫਿਰ ਵੀ ਆਪਦਾ ਟਾਈਮ ਪਾਸ ਕਰਦੇ ਆ ਹੋਰ ਕੁਛ ਨਸ਼ੇ ਨੇ ਮਾਰਤੇ ਕੁਛ ਆਹ ਹੁਣ ਬਿਜਲੀ ਵਾਲੇ ਮਾਰੀ ਜਾਂਦੇ ਆ ਸਾਨੂੰ ਇਹ ਲਾਈਟ ਨਹੀਂ ਦਿੰਦੇ ਗੇ ਅਸੀਂ ਗੱਲਬਾਤ ਕਰਾਂਗੇ ਲੈਨਮੈਨ ਸਾਹਿਬ ਨਾਲ ਜੋ ਏਰੀਆ ਦੇਖਦੇ ਨੇ ਬੀੜਤਲਾ ਬਸਤੀ ਨੰਬਰ 1 ਹਾਂਜੀ ਸਤਿ ਸ਼੍ਰੀ ਅਕਾਲ ਜੀ ਲੈਨਮੈਨ ਸਾਹਿਬ ਬੋਲਦੇ ਹੋ ਜੀ ਹਾਂਜੀ ਸਰ ਅਤੇ ਬੀੜਤਲਾ ਬਸਤੀ ਨੰਬਰ 1 'ਚ ਅਸੀਂ ਖੜ੍ਹੇ ਹਾਂ ਮੈਂ ਸੁਰਿੰਦਰਪਾਲ ਸਿੰਘ ਰਿਪੋਰਟਰ ਗੱਲ ਕਰਦਾ ਜੀ RMB ਟੈਲੀਵਿਜ਼ਨ ਤੋਂ ਹਾਂਜੀ ਹਾਂਜੀ ਅਤੇ ਇੱਥੇ ਨਾ ਇੱਕ ਪਰਿਵਾਰ ਹੈਗਾ ਉਹਨਾਂ ਦੇ ਮੀਟਰ ਨਹੀਂ ਲੱਗਿਆ 2-3 ਸਕਿਉਰਟੀਆਂ ਉਹਨਾਂ ਨੇ ਭਰਤੀਆਂ ਹੁਣ ਲੇਟੈਸਟ ਜਿਹੜੀ 1 ਸਾਲ ਹੋ ਗਿਆ ਸੁਖਵਿੰਦਰ ਸਿੰਘ ਨਾਂ 'ਤੇ ਸਕਿਉਰਟੀ ਭਰੀ ਹੋਈ ਹੈ ਹਾਂਜੀ ਹਾਂਜੀ ਅਤੇ ਉਹ ਮੀਟਰ ਨਹੀਂ ਲੱਗਿਆ ਬਾਈ ਜੀ ਇਹ ਕਾਰਨ ਪੁੱਛਣਾ ਸੀਗਾ ਇਹ ਤਾਂ ਕਾਰਨ ਹੈ ਨਾ ਆਪਣੇ ਦਫ਼ਤਰ 'ਚ ਐਪਲੀਕੇਸ਼ਨ ਆਈ ਹੈ ਨਹਿਰੀ ਮਹਿਕਮੇ ਵੱਲੋਂ ਹਾਂਜੀ ਉਹ ਕਹਿੰਦੇ ਸੀ 175 ਫੁੱਟ ਤੱਕ ਮੀਟਰ ਨਹੀਂ ਲਾਉਣੇ ਜੀ SDO ਸਾਹਿਬ ਨੇ ਤੇ ਕਿਹਾ ਹੋਇਆ ਵੀ ਨੋਟ 'ਚ ਹੈ ਸਾਰਿਆਂ ਨੂੰ ਅਤੇ ਜਿਹੜੇ ਹੋਰ 200-300 ਘਰ ਆ ਬਾਈ ਜੀ ਉਹਨਾਂ ਦੇ ਮੀਟਰ ਲੱਗੇ ਹੋਏ ਆ ਜੀ ਨਹੀਂ ਉਹ ਤਾਂ ਗੱਲ ਠੀਕ ਹੈ ਉਹ ਪਹਿਲਾਂ ਦੇ ਲੱਗੇ ਹੋਏ ਆ ਤਾਂ ਨੋਟਸ ਸਾਹਿਬ ਨੇ ਸਾਨੂੰ ਦਿੱਤਾ ਨਾ ਨੰਬਰ ਲੈ ਲਓ ਉਹਨਾਂ ਨਾਲ ਗੱਲ ਕਰ ਕਿੰਨਾ ਨਾਲ ਜੀ SDO ਸਾਹਿਬ ਨਾਲ ਹੈਲੋ SDO ਸਾਹਿਬ ਗੱਲ ਕਰ ਰਹੇ ਹੋ ਜੀ ਹਾਂਜੀ ਸਰ ਮੈਂ ਸੁਰਿੰਦਰਪਾਲ ਸਿੰਘ ਗੱਲ ਕਰਦਾ ਜੀ RMB ਟੈਲੀਵਿਜ਼ਨ ਤੋਂ ਪੱਤਰਕਾਰ ਹਾਂਜੀ ਸਰ ਅਸੀਂ ਬੀੜਤਲਾ ਬਸਤੀ ਨੰਬਰ 1 ਦੇ ਕੋਲ ਖੜੇ ਸੀਗੇ ਜੀ ਠੀਕ ਹੈ ਜੀ ਤੇ ਇੱਥੇ ਨਾ ਇੱਕ ਸੁਖਵਿੰਦਰ ਸਿੰਘ ਨਾਂ ਦੇ ਵਿਅਕਤੀ ਨੇ ਸਕਿਉਰਟੀ 1 ਸਾਲ ਪਹਿਲਾਂ ਭਰੀ ਹੈ ਲਗਭਗ 26/7/23 ਨੂੰ ਹਾਂ ਇਸ ਤੋਂ ਪਹਿਲਾਂ ਵੀ 2 ਵਾਰੀ ਭਰੀਆਂ ਲੇਟੈਸਟ ਇਹ ਆ ਸਾਲ ਹੋ ਗਿਆ ਲੇਟੈਸਟ ਨੂੰ ਵੀ ਪਰ ਇਹਨਾਂ ਦੇ ਮੀਟਰ ਨਹੀਂ ਲੱਗਿਆ ਜਨਾਬ ਮੈਨੂੰ ਰਸੀਦ ਭੇਜੋ ਜੀ ਹੁਣੀ ਆਪਾਂ ਪੜਤਾਲ ਕਰ ਲੈਣੇ ਆ ਓਕੇ ਜੀ ਧੰਨਵਾਦ